ਅਸਲਾਮ ਵਾਲੇਕੁਮ ਜੀ, ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਇੱਕ ਤਰਫ ਤਿਲਾਂ ਨੇ ਰੌਣਕ ਲਾਈ ਹੋਈ ਹੈ ਅਤੇ ਕਣਕ ਵੀ ਡੇਲੀ ਦੀ ਬੁਨਿਆਦ ਦੇ ਉੱਤੇ ਮੰਡੀ ਆ ਰਹੀ ਆ, ਚੈੱਕ ਕਰਵਾ ਪਈ ਹੋਈ ਆ। ਠੀਕ ਹੋ ਗਿਆ ਜੀ, ਨੇੜੇ ਜਾ ਕੇ ਤਾਂ ਤੁਹਾਨੂੰ ਚੈੱਕ ਕਰਾਉਂਦਾ ਵਾਂ। ਠੀਕ ਹੋ ਗਿਆ ਜੀ, ਅਤੇ ਤਿਲਾਂ ਨੇ ਤਾਂ ਮਾਸ਼ਾਅੱਲਾ ਚੰਗੀ ਰੌਣਕ ਲਾਈ ਹੋਈ ਹੈ, ਚੰਗੇ ਰਸ਼ ਪਿਆ ਹੋਇਆ ਹਰ ਪਾਸੇ, ਤੇਲ ਹੀ ਤਿਲ ਨਜ਼ਰ ਆਉਣਗੇ ਤੁਹਾਨੂੰ। ਅਤੇ ਗੰਦਮ ਮਾਸ਼ਾਅੱਲਾ ਚੰਗੀ ਸਾਫ਼ ਸੁਥਰੀ ਹੈ, ਮੌਸਮ ਵੀ ਖਰਾਬ ਅੱਜ, ਫਿਰ ਬੱਦਲ ਜਿਹੇ ਹੋਏ ਹੋਏ ਆ। ਅਤੇ ਆਹ ਗੰਦਮ ਚੈੱਕ ਕਰੋ ਮਾਸ਼ਾਅੱਲਾ, ਠੀਕ ਹੋ ਗਿਆ ਜੀ। ਅਤੇ ਇੱਧਰ ਚੈੱਕ ਕਰੋ ਤੁਹਾਡਾ ਮੌਸਮ, ਫਿਰ ਅੱਜ ਬਾਰਿਸ਼ ਦਾ ਮੌਸਮ ਹੋਇਆ ਹੋਇਆ ਵਾ, ਅਤੇ ਇੱਕ ਹੀ ਢੇਰੀ ਪਈ ਹੋਈ ਆ, ਬਾਕੀ ਤਕਰੀਬਨ ਸਾਰੀਆਂ ਢੇਰੀਆਂ ਤਿਲਾਂ ਦੀਆਂ ਪਈਆਂ ਹੋਈਆਂ ਵਾ, ਇੱਕ ਦੋ ਮੱਕੀ ਦੀਆਂ ਪਈਆਂ ਹੋਈਆਂ ਵਾ। ਬਾਕੀ ਅਗਰ ਗੰਦਮ ਦੇ ਰੇਟ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਗੰਦਮ ਅੱਜ 2600 ਅਤੇ 30 ਰੁਪਈਏ ਵਿਕਦੀ ਪਈ ਆ, ਚਲੋ ਟੋਪ ਰੇਟ ਆ। ਠੀਕ ਹੋ ਗਿਆ, ਬਾਕੀ ਜਿਹੜੀ ਹਲਕੀ ਆ ਤਕਰੀਬਨ 2500 ਤੋਂ ਸ਼ੁਰੂ ਹੋ ਰਹੀ ਆ। ਅਤੇ ਆਹ ਚੈੱਕ ਕਰੋ ਜ਼ਰਾ ਤਿਲ ਤੁਲ, ਬਾਕੀ ਹਲੇ ਮੌਸਮ ਦੀ ਵਜ੍ਹਾ ਤੋਂ ਜ਼ਰਾ ਮੰਡੀ ਥੋੜ੍ਹੀ ਜਿਹੀ ਢਿੱਲੀ ਢਿੱਲੀ ਜਿਹੀ ਆ। ਇਨਸ਼ਾਅੱਲਾ ਜਿਵੇਂ ਹੀ ਸੀਜ਼ਨ ਸ਼ੁਰੂ ਹੋਏਗਾ ਤਿਲਾਂ ਨੇ ਇੱਕ ਦਫ਼ਾ ਫਿਰ ਰੌਣਕ ਲਾਉਣੀ ਆ। ਅਤੇ ਗੰਦਮ ਵੀ ਇਨਸ਼ਾਅੱਲਾ ਉਮੀਦ ਆ ਕਿ ਆਉਣ ਵਾਲੇ ਦਿਨਾਂ 'ਚ ਕੋਈ 100-150 ਰੁਪਇਆ ਇਜ਼ਾਫਾ ਇਮਕਾਨ ਹੈਗੇ ਆ ਕਿ ਆਉਣ ਵਾਲੇ ਮਹੀਨੇ 'ਚ ਹੋ ਜਾਵੇ। ਤੁਹਾਡੇ ਇਲਾਕੇ 'ਚ ਗੰਦਮ ਦਾ ਕੀ ਰੇਟ ਆ ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।